ਜੀ ਬਾਈ ਕੀ ਹਾਲ ਆ, ਸਵਾਗਤ ਕਰਦੇ ਹਾਂ ਪੰਜਾਬ ਟੂ ਹੰਗਰੀ ਤੇ। ਹਾਂਜੀ ਬਾਈ, ਆਪਣੀ ਅੱਜ ਦੀ ਵੀਡੀਓ ਸੀਗੀ ਵੀ ਬੰਦੇ ਦਾ 3 ਵਾਰ ਵੀਜ਼ਾ ਰਿਜੈਕਟ ਹੋ ਗਿਆ, ਹੱਥ 2 ਵਾਰ, 3ਵੀ ਲੱਗਿਆ, ਵੀ ਕਿੰਨਾ ਟਾਈਮ ਹੋ ਗਿਆ ਬੰਦਾ ਹਾਰਿਆ ਨਾ ਕਦੇ, ਵੀ ਐਂ ਹਾਰ ਨਾ ਮੰਨੇ ਵੀ ਲੱਗਦਾ ਨਹੀਂ ਸਾਡਾ ਡਿੱਗ ਵੀ ਵੀਜ਼ਾ ਆਹ ਹੋ ਗਿਆ ਆਹ ਹੋ ਗਿਆ। ਕੋਈ ਬੰਦਾ ਜਿੰਨਾ ਮਰਜ਼ੀ ਜੂਝੀ ਜਾਵੇ, ਆਪਾਂ ਬੰਦੇ ਤੋਂ ਪੁੱਛਦੇ ਹਾਂ ਵੀ ਆਪਣੇ ਕੋਲ ਆਇਆ ਵਾ ਵੀ ਕਿੰਨੇ ਸਾਲ ਹੋ ਗਏ ਇਹਨੂੰ, ਜਿਵੇਂ ਹੰਗਰੀ ਦਾ ਹੀ ਲਵਾਉਂਦੇ ਨੂੰ ਵੀਜ਼ਾ, ਜਾਣੀ 2 ਵਾਰ ਤਾਂ ਇਹਦਾ ਰਿਜੈਕਟ ਹੋ ਗਿਆ, ਬਾਕੀ ਕਰੋਨਾ ਕੋਲ ਆ ਗਿਆ। ਵੀ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਸੀਗੀ ਬਈ, ਇਹਨੂੰ ਆਏ ਨੂੰ ਹੋਏ ਨੇ ਹਲੇ 3-4 ਦਿਨ ਹੋਏ ਨੇ, ਨਵਾਂ ਆਇਆ ਵਾ ਵੀ, ਜਾਣੀ ਐਂ ਬੰਦਾ ਹਾਰੇ ਨਾ ਇਹਨੇ, ਬਸ ਐਂ ਸੀ ਵੀ ਸੰਘਰਸ਼ ਜ਼ਿੰਦਗੀ ਦਾ ਲੜੀ ਗਿਆ ਵਾ ਵੀ ਡੋਲਿਆ ਨਹੀਂ, ਇੱਕ ਕਿਸਮ ਦਾ ਬੰਦਾ ਕਹਿੰਦਾ ਵੀ ਹਾਂ ਵੀ ਕੰਮ ਕਰੀ ਗਿਆ ਵਾ। ਉਹਦੇ ਬਾਰੇ ਗੱਲਬਾਤ ਕਰਨੀ ਸੀ ਆਪਾਂ ਪੁੱਛਦੇ ਹਾਂ ਬਾਈ ਤੋਂ ਵੀ ਕੀ ਸੁਆਗਤ ਆ ਵਾ। ਜਿਹੜੇ ਵੀਰ ਆਪਣੇ ਨਵੇਂ ਆਏ ਨੇ, ਆਪਣਾ ਪੇਜ ਫੋਲੋ ਕਰ ਲਿਓ ਜੇ ਫੇਸਬੁੱਕ 'ਤੇ ਦੇਖਦੇ ਹੋ, ਅਤੇ ਯੂਟਿਊਬ 'ਤੇ ਕਰ ਲਿਓ, ਅਤੇ ਆਪਣੇ ਘੰਟੀ ਜ਼ਰੂਰ ਦੱਬ ਦਿਆ ਕਰੋ ਜਿਹੜੀ ਇਹਦੇ ਨਾਲ ਲੱਗੀ ਹੁੰਦੀ ਆ। ਉਹਦਾ ਕੋਈ ਪੈਸਾ ਨਹੀਂ ਲੱਗਦਾ, ਉਹਦਾ ਕੋਈ ਬਿੱਲ ਨਹੀਂ ਆਉਂਦਾ ਹੈਗਾ, ਕਿਉਂਕਿ ਆਪਾਂ ਜਿਹੜੀ ਵੀਡੀਓ ਬਣਾਉਣੀ ਆ ਤੁਹਾਡੇ ਲਈ ਬਣਾਉਂਦੇ ਹਾਂ, ਅਤੇ ਨੰਬਰ ਵੀ ਦੇਵਾਂਗੇ ਵੀਡੀਓ ਚਿੰਡ 'ਤੇ ਜੇ ਕਿਸੇ ਵੀਰ ਨੇ ਆਪਣੇ ਨਾਲ ਗੱਲ ਕਰਨੀ ਹੋਈ। ਕੋਈ ਵੀਡੀਓ ਚੰਗੀ ਲੱਗੇ ਤਾਂ ਵੀ ਕਮੈਂਟ ਕਰਤਾ, ਕੋਈ ਮਾੜੀ ਲੱਗੇ ਤਾਂ ਵੀ ਕਮੈਂਟ ਕਰਤਾ ਵੀ ਆਹ ਚੀਜ਼ ਆਹ ਨਹੀਂ ਸੀ, ਇਹਦੇ ਬਾਰੇ ਤੁਸੀਂ ਦੱਸਿਆ ਨਹੀਂ ਹੈਗਾ, ਕਿਉਂਕਿ ਗਲਤੀਆਂ ਬੰਦਿਆਂ ਤੋਂ ਹੁੰਦੀ ਆ, ਕੋਈ ਆਪਾਂ ਜੇ ਦੱਸੇਗਾ ਉਹ ਜਿਹਾ ਸੁਧਾਰ ਕਰ ਲਾਂਗੇ। ਚਲੋ ਆਪਾਂ ਬਾਈ ਤੋਂ ਪੁੱਛਦੇ ਹਾਂ ਵੀ ਕੀ ਸਾਗਤਾ ਵਾ, ਵੀ ਕਿੰਨਾ ਚਿਰ ਬਾਅਦ ਕੀ ਕਿਵੇਂ ਕਿੰਨੀ ਇੰਟਰਵਿਊ ਦਿੱਤੀ ਹੋਈ, ਕਿੰਨਾ ਚਿਰ ਹੋ ਗਿਆ ਹੰਗਰੀ ਦੇ ਬਾਰੇ। ਹਾਂਜੀ ਬਾਈ, ਜਸਵੀਰ ਕੀ ਹਾਲ ਆ ਬਾਈ? ਠੀਕ ਆ। ਹਾਂ ਦੱਸ ਬਈ, ਕਿੰਨਾ ਚਿਰ ਤੈਂ ਇੰਟਰਵਿਊ ਹੋਇਆ ਪਹਿਲਾਂ ਵੀਜ਼ਾ ਤੇਰਾ, ਕਿੰਨੀ ਵਾਰ ਰਿਜੈਕਟ ਹੋਇਆ? 2 ਵਾਰ ਹੋਇਆ ਵੀਰੇ। ਹਾਂ 2 ਵਾਰ ਹੋਇਆ। ਪਹਿਲੀ ਵਾਰ ਤਾਂ ਉਹ ਕਹਿੰਦੇ ਵੀ ਕਰੋਨਾ, ਅਸੀਂ ਥਰਡ ਪਰਸਨ ਨੂੰ ਐਂਟਰੀ ਨਹੀਂ ਦੇਣੀ ਹੈਗੀ ਇੱਥੇ। ਵੀ ਕਰੋਨਾ ਕਰਕੇ ਹੋਇਆ? ਦੋ ਵਾਰ ਕਰੋਨਾ ਕਰਕੇ ਹੋ ਗਿਆ। ਦੂਜੀ ਵਾਰ ਉਹ ਕਹਿੰਦੇ ਵੀ ਤੇਰਾ ਉਹ ਕੋਈ ਸੀਗਾ ਵਿਆਹੇ ਹੋਏ ਕਰਕੇ ਇਨਕਮ ਦੀ ਕੋਈ ਪ੍ਰੋਬਲਮ ਸੀ। ਨਹੀਂ ਸੱਚ, ਇੱਕ ਹੁਣ ਜਿਵੇਂ ਵੀ ਹੰਗਰੀ ਦਾ ਵੀ ਵਿਆਹੇ ਵਰਿਆਂ ਦਾ ਥੋੜਾ ਜਿਹਾ ਚੱਕਰ ਪਾਉਂਦੇ ਨੇ, ਬਹੁਤ ਪਾਉਂਦੇ ਨੇ ਬਾਈ। ਉਹ ਕਹਿ ਦਿੰਦੇ ਆ ਫਿਰ ਤੁਸੀਂ ਉੱਥੇ ਚਲੇ ਜਾਣਾ ਵੀ ਪਿੱਛੇ ਜਵਾਕਾਂ ਨੂੰ ਤੁਹਾਡੀ ਇਨਕਮ ਘੱਟ ਆ। ਅੱਛਾ, ਵੀ ਉਹ ਸੋ ਕਰਨੀ ਪੈਂਦੀ ਆ ਜਾਣੀ ਇਨਕਮ ਵੀ? ਹਾਂ ਵੀ ਜਵਾਕਾਂ ਦਾ ਵੀ ਅਨਮੈਰਿਡ ਦਾ ਛੇਤੀ ਲੱਗ ਜਾਂਦਾ, ਛੇਤੀ ਲੱਗ ਜਾਂਦਾ ਕਿਉਂਕਿ ਪਾਸਪੋਰਟ ਤੇ ਮੈਰਿਡ ਹੁੰਦਾ, ਉਸ ਕਰਕੇ ਉਹ ਕਰਦੇ ਨੇ। ਜਾਣੀ ਤੇਰਾ 2 ਵਾਰ ਰਿਜੈਕਟ ਹੋਇਆ? ਹਾਂ 2 ਵਾਰ। ਤੇ ਉਹ ਕੀ ਸੈਟ ਮੈਂ, ਤੂੰ ਇੰਟਰਵਿਊ ਕਿੰਨੇ ਮਹੀਨੇ 'ਚ ਦਿੱਤੀ ਸੀਗੀ? ਮੈਂ ਆਹ 3ਵੀਂ ਵਾਰ ਇੰਟਰਵਿਊ ਮਈ 'ਚ ਦੇ ਕੇ ਆਇਆ ਸੀਗਾ, 9 ਮਈ ਨੂੰ 9 ਮਈ ਨੂੰ ਦੇ ਕੇ ਆਇਆ ਸੀਗਾ, ਦੇ ਕੇ ਆਇਆ ਸੀਗਾ 2022 ਚ 9 ਮਈ ਨੂੰ ਇੰਟਰਵਿਊ ਦੇ ਕੇ ਗਿਆ ਸੀਗਾ। ਤੇ ਕਦੋਂ ਆਈ ਆ ਤੈਨੂੰ ਮੇਲ? ਉਹਨਾਂ ਦਾ 10ਵੇਂ ਮਹੀਨੇ 'ਚ ਆਈ ਆ ਮੇਰਾ, 8 ਤਰੀਕ ਨੂੰ 10ਵੇਂ ਮਹੀਨੇ ਦੀ 8 ਤਰੀਕ ਨੂੰ, 5 ਮਹੀਨੇ ਬਾਅਦ ਪੂਰੇ। ਹਾਂ 5 ਮਹੀਨੇ ਬਾਅਦ। ਨਹੀਂ ਜਿਹੜਾ ਵਿੱਚ ਐਂ ਕਹਿੰਦੇ ਵੀ 3-3 ਮਹੀਨਿਆਂ ਦਾ ਤੈਨੂੰ ਉੱਥੇ, ਹੁਣ ਤੂੰ ਤਾਂ ਤੈਨੂੰ ਸਾਗਤਾ ਵਾ ਗਿਆ, ਤੂੰ 2-3 ਵਾਰ ਗਿਆ ਮੰਨ ਲਾ ਵੈਸੀ 'ਚ ਪਹਿਲਾਂ ਜਮ੍ਹਾਂ ਕਰਾ ਕੇ ਆਉਂਦਾ ਫਿਰ ਲੈ ਕੇ ਆਉਂਦਾ, ਕਿੰਨੀ ਤੇਰੇ 5-6 ਗੇੜੇ ਲੱਗ ਗਏ ਚੱਲੀ ਦੇ, ਵੀ 2 ਵਾਰ ਰਿਜੈਕਟ ਵੀ ਹੋ ਗਿਆ ਤੈਨੂੰ, ਮਿਲੇ ਵੀ ਹੋਣੇ ਆ ਵੀ ਉੱਥੇ ਮੁੰਡੇ ਵੀ ਜਿਹੜਾ 3 ਮਹੀਨਿਆਂ 'ਚ ਕਹਿੰਦੇ ਵੀ ਕੋਈ 3 ਮਹੀਨਿਆਂ 'ਚ ਆਉਂਦੀ ਸੀ ਕਿਸੇ ਨੂੰ, ਕਿਉਂਕਿ ਲੇਟ ਵੀ ਕਰ ਦਿੰਦੇ ਆ ਕਿ ਆ ਵੀ ਜਾਂਦੇ 3 'ਚ, ਆ ਵੀ ਜਾਂਦੀ ਆ ਵੀ, ਆ ਵੀ ਜਾਂਦੀ ਆ, ਤੇ ਕਈ ਵਾਰ ਤਾਂ ਸਾਲ ਵੀ ਲਾ ਦਿੰਦੇ ਨੇ ਵਿੱਚ, ਉੱਥੇ ਸਾਲ ਸਵਾ ਸਾਲ ਵੀ ਹੋਇਆ ਹੁੰਦਾ ਵੀ ਉਹਨਾਂ ਦਾ ਹਲੇ ਆਇਆ ਨਹੀਂ ਹੁੰਦਾ ਲੈਣ ਆਉਂਦੇ ਨੇ ਜਿਹੜਾ ਪਾਸਪੋਰਟ, ਜਦੋਂ ਉਹਨਾਂ ਦਾ ਰਿਜ਼ਲਟ ਵੀ ਜਾਣੀ ਵੀ ਸਾਲ ਵੀ ਲਾ ਦਿੰਦੇ ਆ, ਲੱਗ ਜਾਂਦਾ ਵੀਰੇ ਲੱਗ ਜਾਂਦਾ। ਹਾਂ ਤੇ ਵੀ ਜਾਣੀ ਐਂ ਨਹੀਂ ਹੈਗਾ ਵੀ ਜਿਹੜਾ ਜੇ ਅਗਲਾ ਕਹਿੰਦਾ ਵਾ ਵੀ ਕੋਈ ਵੀ ਲੇਟ ਪਸੇਟ ਵਾਲਾ ਕੋਈ ਐ ਨਹੀਂ ਕੰਮ ਨੇ ਹੈਗਾ, ਲੇਟ ਪਸੇਟ ਦਾ ਕੋਈ ਨਹੀਂ, ਕਈ ਵਾਰ ਸਾਲ ਤੋਂ ਵੱਧ ਵੀ ਲੱਗ ਜਾਂਦਾ ਬਾਈ। ਹਾਂ ਜਾਣੀ ਡਾਕੂਮੈਂਟਾਂ ਦਾ, ਜਾਣੀ ਜਿਹੜਾ ਤੂੰ ਕਹਿੰਦਾ ਵੀ ਜੇ ਵਿਆਹਿਆ ਭਰਿਆ ਬੰਦਾ ਵਾ ਉਹਨੂੰ ਇਨਕਮ ਆਪਦੀ ਵੱਧ ਸ਼ੋਅ ਕਰਨ ਦਾ ਫਾਇਦਾ, ਸ਼ੋਅ ਕਰਨੀ ਵੀ, ਨਹੀਂ ਤਾਂ ਫਿਰ ਰਿਜੈਕਟ ਹੋਣ ਦੇ ਚਾਂਸ ਵੱਧ ਜਾਂਦੇ ਆ। ਵਿਆਹੇ ਭਰੇ ਤੇ ਜ਼ਿਆਦਾ ਵੱਧ ਜਾਂਦੇ ਨੇ ਬਾਈ, ਜੇ ਮੰਨ ਲਾ ਵੀ ਅਨਮੈਰਿਡ ਆ ਉਹਦਾ ਛੇਤੀ ਲੱਗ ਜਾਂਦਾ, ਉਹਦਾ ਛੇਤੀ ਲੱਗ ਜਾਂਦਾ ਕਿਉਂਕਿ ਦੇਖਦੇ ਆ ਨਾ ਵੀ ਪਿੱਛੇ ਤੂੰ ਬੱਚੇ ਛੱਡ ਕੇ ਚੱਲਿਆ ਵੀ ਉਹਨਾਂ ਨੂੰ ਕੀ ਪਤਾ ਨਾ ਭੇਜੇ ਆਪ ਇੱਥੇ ਕੰਮ ਕਰੀ ਜਾਵੇ ਵੀ ਜਵਾਕਾਂ ਦੀ ਕੀ ਇਨਕਮ ਆ ਤੂੰ ਛੱਡ ਕੇ ਚੱਲਿਆ, ਕਾਫੀ ਕੁਝ ਦੇਖ ਜਾਣੀ ਕੇਰਾਂ ਦਾ ਬਾਈ ਮਨ ਟੁੱਟ ਗਿਆ ਹੋਣਾ ਨਾ ਜਦੋਂ 2 ਵਾਰ ਰਿਜੈਕਟ ਹੋਇਆ, ਟੁੱਟ ਜਾਂਦਾ। ਜਾਣੀ ਫਿਰ ਵੀ ਇਹ ਬੰਦਾ ਬਾਈ ਕਿਹੜਾ ਰਿਹਾ ਵੀ ਹੌਸਲਾ ਨਹੀਂ ਬੰਦਾ ਢੇਰੀ ਢੋਣ ਨੂੰ ਢਾ ਸਕਦਾ ਸੀ ਪਹਿਲਾਂ ਵੀ, ਉਹ ਲੱਗਣਾ ਵੀ ਬਸ ਯਾਰ ਹੁਣ ਨਹੀਂ ਲਾਉਣਾ, 3 ਸਾਲ ਲਗਾਤਾਰ। ਕਿੰਨਾ ਚਿਰ ਹੋ ਗਿਆ ਤੈਨੂੰ ਲਾਉਂਦੇ ਨੂੰ ਵੀਜ਼ਾ? ਮੈਨੂੰ 2020 ਤੋਂ ਲਵਾਉਣ ਲੱਗਿਆ ਬਾਈ। ਦੇਖ ਲਓ ਬਾਈ 2020 ਤੋਂ ਲਵਾਉਣ ਲੱਗਿਆ, ਸਟਾਰਟਿੰਗ 'ਚ ਹੀ ਲੱਗ ਗਿਆ ਸੀ ਮੈਂ ਵੀ। ਜਾਣੀ ਇੱਥੋਂ ਇਹ ਹੋ ਗਿਆ ਵੀ ਬੰਦਾ ਜੇ ਹਿੰਮਤ ਰੱਖੇ ਤਾਂ ਹੋ ਸਕਦਾ ਸਾਰਾ ਕੁਝ, ਵੀ ਜੇ ਹੁਣ ਢੇਰੀ ਢਾ ਕੇ ਬਹਿ ਜਾਵੇ ਮੰਨ ਲਾ ਫਿਰ ਤਾਂ ਕੁਛ ਨਹੀਂ ਹੋਣਾ ਸੀਗਾ, ਵੀ ਜਾਣੀ ਮਾੜਾ ਜਿਹਾ ਜਿਵੇਂ 1 ਵਾਰ ਰਿਜੈਕਟ ਹੁੰਦਾ ਨਹੀਂ ਬੰਦਾ ਅੱਕ ਜਾਂਦਾ, ਚੱਲ 1 ਵਾਰ ਵੀ ਹੋ ਗਿਆ ਲਗਾਣਾ ਚੱਲ ਹੋ ਗਿਆ, 2ਵੀਂ ਵਾਰ ਅਗਲਾ ਕਹਿੰਦਾ ਚੱਲ ਜੇ 2ਵੀਂ ਵਾਰ ਰਿਜੈਕਟ ਹੋ ਗਿਆ ਫਿਰ ਤਾਂ ਜੀ ਨਹੀਂ ਕਰਦਾ ਹੈਗਾ। ਜਿਹੜੇ ਉਹ ਪੇਪਰ ਦਿੰਦੇ ਨੇ ਉਹ ਤੇ ਰੀਜ਼ਨ ਦੱਸ ਦਿੰਦੇ ਨੇ ਆਪਦਾ, ਉਹੀ ਰੀਜ਼ਨ ਪੜੇ ਵੀ ਕਿਹਦੇ ਕਰਕੇ ਕਰ ਰਹੇ ਨੇ ਇਹ। ਹਾਂ ਬਾਈ ਮੈਂ ਉਹੀ ਗੱਲ ਸਹੀ ਕਰਕੇ ਆਉਂਦਾ ਸੀ ਦੂਜੀ ਵੀ, ਜੇ ਬਾਜੀ ਅਜੇ ਤੁਹਾਡਾ ਬਾਈ ਸੱਚ ਕੋਈ ਰਿਜੈਕਟ ਹੁੰਦਾ ਵੀ ਉਹ ਤੇ ਰੀਜ਼ਨ ਦੱਸਦੇ ਹੋਣਗੇ ਨਾ ਵੀ ਕੀ ਸਕਦਾ ਵਾ ਵੀ ਆਪਦਾ ਵੀ ਕਿਉਂ ਰਿਜੈਕਟ ਹੋਇਆ, ਰੀਜ਼ਨ ਰੂਜ਼ਨ ਪੜੋ ਆਪਦਾ, ਜਿਹੜਾ ਕੋਈ ਏਜੰਟ ਆ ਉਹ ਤੋਂ ਆਪਦੀ ਸਾਰੀ ਗੱਲਬਾਤ ਕਰੋ। ਜਾਣੀ ਹਿੰਮਤ ਰੱਖੋ, ਮਿਹਨਤ ਇਹ ਆ ਵੀ ਲੱਗਣ ਨੂੰ ਲੱਗ ਜਾਂਦਾ 1 ਵਾਰ ਨਹੀਂ 2 ਵਾਰ 3 ਵਾਰ ਨਹੀਂ, ਕਹਿੰਦੇ ਜੇ 21 ਵੀ ਹੋ ਜਾਂਦਾ ਤਾਂ 4ਵੀਂ ਵਾਰ ਵੀ ਲਾ ਲੈਣਾ ਸੀ ਦੁਬਾਰੇ, ਕਹਿੰਦੀ ਇੱਥੋਂ ਇਹ ਨਹੀਂ ਹੈਗਾ ਬਾਈ ਕਹਿੰਦੀ। ਚਲੋ ਬਾਈ ਧਿਆਨ ਰੱਖੋ, ਠੀਕ ਆ, ਮਿਲਦੇ ਆ ਫਿਰ ਵੀਡੀਓ 'ਚ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਵੀਡੀਓ ਚੰਗੀ ਲੱਗੀ, ਕੋਈ ਗਲਤ ਲੱਗੇ ਵੀਡੀਓ 'ਚ ਆਹ ਚੀਜ਼ ਨਹੀਂ ਆਹ ਚੀਜ਼ ਨਹੀਂ, ਕੋਈ ਵੀ ਤੁਹਾਨੂੰ ਲੱਗੇ ਨਾ ਦੱਸ ਦਿਓ।
ਕਰਦੇ ਆ ਗੱਲਬਾਤ, ਨੰਬਰ ਫੇਰ ਲੈ ਲਓ 7720-6672। ਅੱਜ ਆਪਣਾ 22 ਨੂੰ ਆਏ ਨੂੰ 4 ਦਿਨ ਹੋਏ ਨੇ ਜਸਵੀਰ ਨੂੰ, ਆਪਾਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਇਹ ਕਰਾਈਏ ਤੁਹਾਡੇ ਨਾਲ ਕਾਂ ਗੱਲਬਾਤ ਕਰਾਈਏ ਕਿ ਨਾ, ਕਈ ਵਾਰ ਕਦੇ ਬੰਦੇ ਦਾ ਰਿਜੈਕਟ ਹੋ ਜਾਵੇ ਜਾਂ 5 ਮਹੀਨੇ ਹੋ ਗਏ ਲੱਗਦੇ ਨਾ, 3 ਮਹੀਨੇ ਹੋ ਗਏ ਸਾਡੀ ਆਇਆ ਨਹੀਂ, ਮੇਲ ਨਹੀਂ ਆਈ ਹੈਗੀ, ਆਹ ਨਹੀਂ ਹੋਇਆ ਵੀ ਆਹ ਤੁਹਾਨੂੰ ਤਾਂ ਬੰਦਾ ਉਹ ਦਿਖਾਇਆ ਵਾ ਜਿਹੜਾ ਵੀ ਸੰਘਰਸ਼ ਵਿੱਢਿਆ ਜਿਹਨੇ, ਮੰਨ ਲਓ ਵੀ ਅੜਿਆ ਰਿਹਾ ਵਾ ਵੀ ਜਿਹਦੀ ਰੱਖੀ ਆ ਜਾਣੀ ਹੈਂਡ ਰੱਖੇ ਬੰਦਾ ਵੀ ਜਾਣਾ ਤਾਂ ਜਾਣਾ ਹੀ ਆ, ਵੀ ਕੁਛ ਹੋ ਜਾਵੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, 3 ਵਾਰ ਨਹੀਂ, ਵੀ ਹੁੰਦਾ ਹੁੰਦੇ ਹੋ ਜਾਵੇ ਰਿਜੈਕਟ। ਚਲੋ ਤਾਂ ਠੀਕ ਆ, ਜਿਹੜੇ ਵੀਰ ਆਪਣੇ ਨਵੇਂ ਆਏ ਨੇ ਆਪਣੇ ਪੇਜ ਨੂੰ ਚੈਨਲ ਨੂੰ ਜ਼ਰੂਰ ਕਰ ਲਓ ਫੋਲੋ, ਧੰਨਵਾਦ। ਜਿਹੜੇ ਵੀਡੀਓ ਦੇਖਦੇ ਨੇ ਵੀਡੀਓ ਸ਼ੇਅਰ ਕਰ ਦਿਆ ਕਰੋ, ਕਮੈਂਟ ਕਰ ਦਿਆ ਕਰੋ, ਓਕੇ ਧੰਨਵਾਦ। ਜਿਹੜੇ ਜੁੜੇ ਹੋਏ ਨੇ ਵੀਰ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਧਿਆਨ ਰੱਖੋ। ਆਹ ਦੇਖੋ ਵਿਊ ਚੈੱਕ ਕਰ ਲਓ ਨਾਲ ਮਾੜਾ ਜਿਹਾ, ਮੈਂ ਦਿਖਾ ਦਈਏ ਟੋਬੇ ਦਾ ਵਿਊ ਦਿਖਾ ਦਈਏ, ਦੇਖੋ ਹੰਗਰੀ ਦਾ ਵਾ ਵਿਊ ਇਹ। ਆਪਾਂ ਜੇ ਕੋਈ ਆਪਣਾ ਬੰਦਾ ਹੋਰ ਆਇਆ ਕਿਸੇ ਨਾਲ ਆਉਣਾ, 2-3 ਦੀਆਂ ਆਈਆਂ ਹੋਈਆਂ ਨੇ ਇੰਟਰਵਿਊ, ਉਹਨਾਂ ਨੇ ਵੀ ਆਉਣਾ ਵਾ ਵੀ ਜੇ ਲੱਗੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਤੋਂ ਵੀ ਪੁੱਛਾਂਗੇ ਵੀ ਹੁਣ ਦਾ ਕੀ ਸਕਦਾ ਵਾ। ਤੁਹਾਨੂੰ ਤਾਂ ਦੱਸਿਆ ਨਾ ਆਪਾਂ ਤਾਂ ਇਹ ਆਏ ਨੂੰ ਹਲੇ 3-4 ਦਿਨ ਹੋਏ ਨੇ ਬਾਈ ਨੂੰ। ਓਕੇ, ਧਿਆਨ ਰੱਖੋ, ਫਿਰ ਮਿਲਦੇ ਹਾਂ, ਬਾਏ ਬਾਏ।